ਦੋਸਤੋ ਪੈਸਕੋ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਵਿੱਚ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਗਿਆ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਕੌਣ-ਕੌਣ ਅਪਲਾਈ ਕਰ ਸਕਦਾ ਏਜ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਪੂਰਾ ਡਿਟੇਲਸ ਦੱਸਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਦੋਸਤੋ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਜੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹੈ ਸਭ ਤੋਂ ਪਹਿਲਾਂ ਪਾਉਣ ਲਈ ਚਲੋ ਦੋਸਤੋ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਪੈਸਕੋ ਭਰਤੀ 2020 ਪੋਸਟਾਂ ਨੇ ਜੀ ਮੁੱਖ ਸੁਰੱਖਿਆ ਅਧਿਕਾਰੀ ਸਾਹਿਕ ਮੁੱਖ ਸੁਰੱਖਿਆ ਅਧਿਕਾਰੀ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਜੋਬ ਲੋਕੇਸ਼ਨ ਹੈ ਜੀ ਪਟਿਆਲਾ ਰਾਜਪੁਰਾ ਅਤੇ ਰੋਪੜ ਹੋਵੇਗਾ ਪੂਰੇ ਪੰਜਾਬ ਦੇ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਜੀ ਚਲੋ ਦੋਸਤੋ ਅੱਪਾ ਚੱਲਦੇ ਆਬਸਲੀ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦਾ ਨੋਟੀਫਿਕੇਸ਼ਨ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਪੈਸਕੋ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜੋ ਐਲੀਜੀਬਲ ਕੈਂਡੀਡੇਟਸ ਨੇ ਜੀ ਮੈਡੀਕਲੀ ਫਿਟ ਨੇ ਜੀ ਰਿਟਾਇਰਡ ਅਫਸਰ ਨੇ ਅਪਲਾਈ ਕਰ ਸਕਦੇ ਨੇ ਜੀ ਪੋਸਟ ਨੰਬਰ 1 ਜੀ ਚੀਫ ਸਕورٹی ਅਫਸਰ ਦੀ ਪੋਸਟ ਹੈ ਜੀ ਰਾਜਿੰਦਰਾ ਹਸਪੀਟਲ ਜੋ ਪਟਿਆਲਾ ਵਾਸਤੇ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਸੈਲਰੀ ਅਸ ਪਰ ਕੰਟਰੈਕਟ ਐਗਰੀਮੈਂਟ ਸੋਡੇ ਨਾਲ ਇੱਕ ਐਗਰੀਮੈਂਟ ਕੀਤਾ ਜਾਵੇਗਾ ਉਸ ਹਿਸਾਬ ਨਾਲ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਏਜ ਲਿਮਟ ਹੈ ਜੀ 58 ਸਾਲ ਦੇ ਵਿੱਚ ਵੀ ਤੁਹਾਡੀ ਏਜ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਪੋਸਟ ਹੈ ਜੀ ਚੀਫ ਸਕਿਉਰਟੀ ਅਫਸਰ ਅਸਿਸਟੈਂਟ ਚੀਫ ਸਕਿਉਰਟੀ ਅਫਸਰ ਐਂਡ ਰਣਜੀਤ ਸਾਗਰ ਤਾਮ ਸ਼ਾਹਪੁਰ ਕੰਡੀ ਜੋ ਰਾਜਪੁਰਾ ਵਿੱਚ ਪੈਂਦਾ ਜੀ ਉਹਦੇ ਵਾਸਤੇ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਸੈਲਰੀ ਅਸ ਪਰ ਕੰਟਰੈਕਟ ਐਗਰੀਮੈਂਟ ਏਜ ਲਿਮਟ ਹੈ 58 ਸਾਲ ਦੇ ਵਿੱਚ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟ ਨੰਬਰ 3 ਜੀ ਕਰਨਲ ਮੇਜਰ ਜਾਂ ਉਹਦੇ ਸੰਬੰਧਿਤ ਅਪਲਾਈ ਕਰ ਸਕਦੇ ਨੇ ਜੀ ਪੋਸਟ ਹੈ ਜੀ ਅਸਿਸਟੈਂਟ ਚੀਫ ਸਕورٹی ਅਫਸਰ ਦੀ ਪੋਸਟ ਹੈ ਜੀ ਥਰਮਲ ਪਲਾਂਟ ਹਾਈਡਲ ਪ੍ਰੋਜੈਕਟ ਇਟ ਰੋਪੜ ਲੇਰਾ ਮੁਹੰਮਦ ਐਂਡ ਮੁਕੇਰੀਆ ਹਾਜੀਪੁਰ ਲਈ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਜੀ ਸੈਲਰੀ ਪਰ ਕੰਟਰੈਕਟ ਐਗਰੀਮੈਂਟ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਏਜ ਲਿਮਟ ਹੈ ਜੀ 58 ਸਾਲ ਦੇ ਵਿੱਚ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਵਰਕਿੰਗ ਨੋਲੇਜ ਆਫ ਪੰਜਾਬੀ ਦੀ ਤੁਹਾਨੂੰ ਹੋਣੀ ਚਾਹੀਦੀ ਹੈ ਜੀ ਆਲ ਅਪੋਇੰਟਮੈਂਟ ਐਲੀਜੀਬਲ ਐਂਡ ਸ਼ਾਰਟਲਿਸਟ ਜੋ ਅਫਸਰ ਹੋਣਗੇ ਜੀ ਉਹਨਾਂ ਨੂੰ ਕਾਲ ਦੁਬਾਰਾ ਸੂਚਿਤ ਕਰਤਾ ਜਾਵੇਗਾ ਇੰਟਰਵਿਊ ਵਾਸਤੇ ਅਪਲਾਈ ਤੁਸੀਂ ਕਿਵੇਂ ਕਰਨਾ ਜੀ ਦੋਸਤੋ ਜੋ ਇਹਨਾਂ ਨੇ ਆਪਣੀ Gmail ID ਮੈਂਸ਼ਨ ਕੀਤੀ ਹੈ ਇਸ Gmail ID ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜ ਦੇਣੇ ਨੇ ਜੀ ਡਾਕੂਮੈਂਟਸ ਕਿਹੜੇ-ਕਿਹੜੇ ਭੇਜਣੇ ਨੇ ਜੀ ਰਿਕਾਰਡ ਆਫ ਸਰਵਿਸ ਪੀਪੀਓ ਫੋਟੋਗ੍ਰਾਫਸ ਇਹ ਤੁਸੀਂ ਇਹਨਾਂ ਦੀ Gmail ID ਤੇ ਭੇਜ ਦੇਣਾ ਨੇ ਜੀ ਲਾਸਟ ਡੇਟ ਹੈ ਜੀ 12 ਜੂਨ 2020 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਸੁਣ ਚੰਗੀ ਲੱਗੀ ਹੋਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਇੱਕ ਨਵੀਂ ਭਾਰਤੀ ਦੇ ਨੋਟੀਫਿਕੇਸ਼ਨ ਦੇ ਨਾਲ